ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਰੂਪੋਵਾਲ ਵਿਖੇ VSF ਦੇ ਜਵਾਨ ਦੇ ਘਰ ਅੰਦਰ ਦਾਖਲ ਹੋ ਕੇ ਸ਼ੀਸ਼ੇ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ VSF ਵਿੱਚ ਨੌਕਰੀ ਕਰਦੇ ਕੁਲਦੀਪ ਰਾਮ ਦੀ ਪਤਨੀ ਪ੍ਰਵੀਨ ਕੌਰ ਵਾਸੀ ਰੂਪੋਵਾਲ ਨੇ ਦੱਸਿਆ ਕਿ ਬੀਤੀ ਰਾਤ 9 ਤੋਂ 10 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਘਰ 'ਤੇ ਹਮਲਾ ਕਰਕੇ ਰਾੜਾਂ ਦੇ ਨਾਲ ਉਹਨਾਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ। ਉਹਨਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤੇ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਰੂਪੋਵਾਲ ਤੋਂ, ਸਾਰੀ ਗ੍ਰਾਮ ਪੰਚਾਇਤ, ਮੈਂ ਵੀ ਪੰਚ ਆ, ਸਰਪੰਚ ਸਾਹਿਬ ਖੜ੍ਹੇ ਆ, ਅਤੇ ਸਾਡੇ ਪਿੰਡ ਦੇ ਵਿੱਚ ਇਹ ਨਵੀਂ ਵਾਰਦਾਤ ਹੋਈ ਆ। ਪਹਿਲੀ ਵਾਰ VSF ਦੇ ਵਿੱਚ ਨੌਜਵਾਨ ਨੌਕਰੀ ਕਰਦਾ, ਉਹਦੇ ਘਰ ਦੇ ਸ਼ੀਸ਼ੇ ਭੰਨੇ ਆ। ਪਹਿਲੀ ਵਾਰੀ ਰੂਪੋਵਾਲ ਦੇ ਵਿੱਚ ਸ਼ੀਸ਼ੇ ਭੰਨੇ ਗਏ ਆ, ਅਤੇ ਜਿਹੜੇ ਗਲਤ ਅਨਸਰ ਆ ਉਹਨਾਂ ਨੇ ਰਾਤੀ 9 ਵਜੇ ਦੇ ਕਰੀਬ ਮੋਟਰਸਾਈਕਲਾਂ 'ਤੇ ਲੰਘੇ ਜਾਂਦੇ ਤੋਂ ਨਹੀਂ ਆ ਕੇ ਰੋਡਾਂ ਦੇ ਨਾਲ ਸ਼ੀਸ਼ੇ ਭੰਨੇ ਆ। ਜੇ ਇੱਕ ਫੌਜੀ ਦਾ ਘਰ ਸੁਰੱਖਿਆ ਤਰੀ ਤਾਂ ਆਮ ਪਬਲਿਕ ਦਾ ਕੀ ਹਾਲ ਹੋਊਗਾ। ਅਸੀਂ ਗੌਰਮੈਂਟ ਤੋਂ ਇਹ ਹੀ ਚਾਹੁੰਦੇ ਹਾਂ ਕਿ ਇੱਦਾਂ ਦੇ ਅਨਸਰਾਂ ਨੂੰ ਨੱਥ ਪਾਈ ਜਾਵੇ ਜੋ ਕਿ ਪਿੰਡਾਂ ਵਿੱਚ ਬਦਮਾਸ਼ੀ ਕਰਦੇ ਆ, ਲੰਘਦੇ ਵੜਦੇ ਕਿਸੇ ਸ਼ਰੀਫ ਬੰਦੇ ਦੇ ਸ਼ੀਸ਼ੇ ਭੰਨਦੇ ਆ। ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਕਿ ਜੇ ਇੱਕ ਫੌਜੀ ਦਾ ਹੀ ਘਰ ਸੁਰੱਖਿਆ ਤਾਂ ਨਹੀਂ ਹੈਗਾ ਤਾਂ ਫਿਰ ਆਮ ਪਬਲਿਕ ਕੀ ਕਰੂਗੀ। ਇਸ ਕਰਕੇ ਇਹਦਾ ਨਿਆਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤੀ ਕੁਛ ਬੰਦੇ ਆਏ ਅਣਪਛਾਤੇ ਜਿਨ੍ਹਾਂ ਨੇ ਸਾਡੇ ਘਰ 'ਤੇ ਹਮਲਾ ਕੀਤਾ, ਸਾਡੇ ਘਰ ਦੇ ਸ਼ੀਸ਼ੇ ਭੰਨੇ 9 ਤੋਂ 10 ਵਜੇ ਦੇ ਕਰੀਬ। ਸਾਨੂੰ ਗੌਰਮੈਂਟ ਤੋਂ ਇਹ ਨਿਆਂ ਮਿਲਣਾ ਚਾਹੀਦਾ ਆ ਕਿ ਇਹਨਾਂ ਗਲਤ ਬੰਦਿਆਂ ਦੇ ਨੱਥ ਪਾਈ ਜਾਵੇ। ਮੇਰੇ ਘਰ ਵਾਲਾ ਫੌਜ 'ਚ ਆ, ਸਾਨੂੰ ਇਹਨਾਂ ਲੋਕਾਂ ਤੋਂ ਖਤਰਾ ਆ। ਨਹੀਂ, ਜਿਹੜੇ ਭੰਨ ਕੇ ਗਏ ਉਹ ਪਛਾਣ ਚਾਹੇ ਬੰਦੇ ਸਾਨੂੰ? ਨਹੀਂ, ਅਸੀਂ ਪਛਾਣੇ ਨਹੀਂ ਹੈਗੇ ਉਹ ਬੰਦੇ। ਕਿਸੇ ਨਾਲ ਲਾਗਡਾਟ ਤੁਹਾਡਾ? ਸਾਡੀ ਕਿਸੇ ਨਾਲ ਕੋਈ ਲਾਗਡਾਟ ਨਹੀਂ ਹੈਗੀ। ਝਗੜਾ ਕਿਸੇ ਨਾਲ? ਕਿਸੇ ਨਾਲ ਕੋਈ ਝਗੜਾ ਨਹੀਂ ਹੈਗਾ, ਕਿਸੇ ਨਾਲ ਕੋਈ ਲਾਗਡਾਟ ਨਹੀਂ ਹੈਗੀ। ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਤੁਸੀਂ? ਹਾਂਜੀ, ਪੁਲਿਸ ਪ੍ਰਸ਼ਾਸਨ ਨੂੰ ਰਾਤੀ ਆਈ ਸੀ, ਉਹਨਾਂ ਨੂੰ ਦਿਖਾਇਆ ਸਾਰਾ। ਕੀ ਕਹਿੰਦੇ ਸੀ? ਉਹ ਕਹਿੰਦੇ ਵੀ ਤੁਸੀਂ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰੋ, ਸਵੇਰ ਨੂੰ ਪਰਚਾ ਕਰਾਓ, ਅਸੀਂ ਵੀ ਗੌਰ ਕਰਾਂਗੇ ਇਹਨਾਂ ਬਾਰੇ।